ਭਾਗ ਪੰਜਵਾਂ ਡਸਟ ਯੋਰ ਬਟਕਸ। ਹੁਣ ਮੈਂ ਇਹ ਸੋਚ ਰਿਹਾ ਸੀ ਕਿ ਸੁਬੋਧ ਨਾਲ ਸੰਪਰਕ ਕੀਤਾ ਜਾਵੇ, ਉਸ ਤੋਂ ਸ਼ਾਇਦ ਮਾਇਰਾ ਬਾਰੇ ਕੁਝ ਹੋਰ ਜਾਣਨ ਨੂੰ ਮਿਲੇ। ਮੈਂ ਫਿਰ ਮਾਇਰਾ ਨੂੰ ਮੈਸੇਜ ਕੀਤਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਉਸਨੇ ਜਵਾਬ ਵਿੱਚ ਲਿਖਿਆ, ਆਪਾਂ ਮਿਲਾਂਗੇ, ਜ਼ਰੂਰ ਮਿਲਾਂਗੇ, ਪਰ ਮਿੱਥ ਕੇ ਨਹੀਂ, ਇੱਕ ਦਿਨ ਅਚਾਨਕ ਇਤਫਾਕ ਵਸ। ਅਤੇ ਮੈਂ ਜਵਾਬ ਵਿੱਚ ਇੰਨਾ ਹੀ ਲਿਖਿਆ ਕਿ ਰੱਬ ਕਰੇ ਇਤਫਾਕ ਹੋਵੇ। ਮੈਂ ਸੁਬੋਧ ਨੂੰ ਫਰੈਂਡ ਰਿਕੁਐਸਟ ਭੇਜੀ। ਉਸਨੇ ਬਿਨਾਂ ਕਿਸੇ ਦੇਰੀ ਦੇ ਮੇਰੀ ਰਿਕੁਐਸਟ ਐਕਸੈਪਟ ਕਰ ਲਈ। ਗੱਲਬਾਤ ਦੌਰਾਨ ਲੱਗਿਆ ਉਹ ਬਹੁਤ ਹੀ ਸੈਂਸਿਟਿਵ ਅਤੇ ਸਿਆਣਾ ਆਦਮੀ ਹੈ। ਕਾਫ਼ੀ ਦੇਰ ਮੇਰੇ ਨਾਲ ਗੱਲ ਕਰਦਾ ਰਿਹਾ। ਮਾਇਰਾ ਬਾਰੇ ਮੈਂ ਉਸਨੂੰ ਪੁੱਛਿਆ ਕਿ ਤੁਸੀਂ ਉਸਨੂੰ ਕਾਫ਼ੀ ਵਾਰ ਮਿਲੇ ਹੋਵੋਗੇ। ਉਸਨੇ ਕਿਹਾ, ਬਹੁਤ ਵਾਰ, ਪਰ ਹੁਣ 15-16 ਸਾਲ ਤੋਂ ਅਸੀਂ ਇੱਕ ਦੂਜੇ ਨੂੰ ਨਹੀਂ ਮਿਲੇ। ਮੇਰਾ ਅਗਲਾ ਸਵਾਲ ਸੁਬੋਧ ਲਈ ਇਹੀ ਸੀ ਕਿ ਉਹ ਕਿਸ ਤਰ੍ਹਾਂ ਦੀ ਹੈ। ਉਸਨੇ ਕਿਹਾ, ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਉਹ ਬਹੁਤ ਖੂਬਸੂਰਤ ਹੈ, ਬੇਹੱਦ ਖੂਬਸੂਰਤ, ਇੰਨੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਇਸ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ। ਮੇਰੀ ਪਤਨੀ ਨੂੰ ਹੁਣ ਤੱਕ ਪਤਾ ਲੱਗ ਚੁੱਕਿਆ ਸੀ ਕਿ ਮੈਂ ਆਪਣੀ ਫੇਸਬੁੱਕ ਫਰੈਂਡ ਮਾਇਰਾ ਵਿੱਚ ਇੰਟਰਸਟਿਡ ਹਾਂ, ਕਿਉਂਕਿ ਮੈਂ ਅਕਸਰ ਉਸ ਬਾਰੇ ਆਪਣੀ ਪਤਨੀ ਨਾਲ ਗੱਲ ਕਰਦਾ ਸੀ, ਪਰੰਤੂ ਉਸਨੇ ਇਸ 'ਤੇ ਵੀ ਕੋਈ ਪ੍ਰਤੀਕਿਰਿਆ ਨਹੀਂ ਵਿਖਾਈ। ਉਸਨੇ ਜੋ ਕੁਝ ਕੁ ਸਵਾਲ ਮਾਇਰਾ ਬਾਰੇ ਪੁੱਛੇ, ਮੈਂ ਸਹੀ ਸੱਚੇ ਜਵਾਬ ਦਿੱਤੇ ਅਤੇ ਉਸਨੇ ਚੁੱਪ ਚਾਪ ਸੁਣ ਲਏ। ਹੁਣ ਤੱਕ ਮੈਂ ਸਿਰਫ ਇਸ ਬਾਰੇ ਸੁਣਿਆ ਸੀ ਕਿ ਪਤੀ ਪਤਨੀ ਵਿਚਕਾਰ ਨਿੱਕੀ ਨਿੱਕੀ ਗੱਲ 'ਤੇ ਝਗੜੇ ਹੁੰਦੇ ਹਨ। ਅੱਜ ਪਹਿਲੇ ਦਿਨ ਮੇਰੇ ਅਤੇ ਮੇਰੀ ਪਤਨੀ ਵਿਚਕਾਰ ਅਜਿਹੀ ਗੱਲਬਾਤ ਹੋਈ ਜਿਸ ਨੂੰ ਝਗੜਾ ਕਿਹਾ ਜਾ ਸਕਦਾ ਸੀ। ਵਿਆਹ ਤੋਂ 2 ਸਾਲ ਬਾਅਦ ਵੀ ਸਾਡੇ ਕੋਈ ਬੱਚਾ ਨਹੀਂ ਹੈ। ਉਸਨੇ ਕਿਹਾ, ਆਪਾਂ ਕਿਸੇ ਡਾਕਟਰ ਦੀ ਸਲਾਹ ਲਈਏ, ਅਤੇ ਮੇਰਾ ਵਿਚਾਰ ਸੀ ਕਿ ਕੁਝ ਵੇਟ ਕੀਤਾ ਜਾਵੇ। ਇਸੇ ਗੱਲ 'ਤੇ ਉਹ ਗੁੱਸੇ ਹੋ ਗਈ। ਵੈਸੇ ਅੱਜ ਦਾ ਦਿਨ ਮੇਰੇ ਲਈ ਕੋਈ ਚੰਗਾ ਨਹੀਂ ਰਿਹਾ। ਮੈਂ ਅਕਸਰ ਹੀ ਜਦੋਂ ਕੋਈ ਗਲਤ ਗੱਲ ਜਾਂ ਅਨਿਆਂ ਹੁੰਦਾ ਦੇਖਦਾ ਹਾਂ ਜਾਂ ਇਸ ਬਾਰੇ ਪੜ੍ਹਦਾ ਹਾਂ ਤਾਂ ਡਿਸਟਰਬ ਹੋ ਜਾਂਦਾ ਹਾਂ। ਫੇਸਬੁੱਕ 'ਤੇ ਵੀ ਅੱਜ ਕੱਲ੍ਹ 1984 ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਬਾਰੇ ਕਾਫ਼ੀ ਬਹਿਸ ਛਿੜੀ ਹੋਈ ਹੈ। ਇਸ ਬਾਰੇ ਅੱਜ ਇੱਕ ਅਜਿਹੀ ਵੀਡੀਓ ਦੇਖੀ ਕਿ ਮੇਰਾ ਦਿਲ ਦਹਿਲ ਗਿਆ। ਇੱਕ ਲੇਡੀ ਜਿਸ ਦਾ ਨਾਮ ਨਿਰਪ੍ਰੀਤ ਕੌਰ ਹੈ, ਦੱਸ ਰਹੀ ਸੀ ਕਿ ਉਸਦੀ ਉਮਰ ਉਸ ਸਮੇਂ 16 ਸਾਲ ਸੀ ਜਦੋਂ ਦੰਗਾਕਾਰੀ ਆਏ ਉਸਦੇ ਬਾਪ ਨੂੰ ਇੱਕ ਇਕੱਠ ਦੇ ਹਵਾਲੇ ਕਰ ਦਿੱਤਾ ਗਿਆ। ਉਸਦਾ ਛੋਟਾ ਭਾਈ ਬਚ ਕੇ ਭੱਜ ਗਿਆ ਸੀ। ਉਸਦੀ ਮਾਂ ਨੂੰ ਕੁੱਟ ਕੇ ਬੇਹੋਸ਼ ਕਰ ਦਿੱਤਾ ਗਿਆ। ਫਿਰ ਉਸਦੇ ਬਾਪ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ ਗਈ। ਦੰਗਾਕਾਰੀ ਚਲੇ ਗਏ। ਉਸਦੇ ਬਾਪ ਨੇ ਨੇੜੇ ਹੀ ਵਗਦੇ ਇੱਕ ਨਾਲੇ ਵਿੱਚ ਛਾਲ ਮਾਰ ਦਿੱਤੀ। ਅੱਗ ਬੁਝ ਚੁੱਕੀ ਸੀ। ਫਿਰ ਇੱਕ ਆਦਮੀ ਨੇ, ਜੋ ਕਿ ਨੇੜੇ ਹੀ ਇੱਕ ਮਕਾਨ ਦੀ ਛੱਤ 'ਤੇ ਸੀ, ਨੇ ਦੰਗਾਕਾਰੀਆਂ ਨੂੰ ਆਵਾਜ਼ ਦਿੱਤੀ ਕਿ ਸਰਦਾਰ ਬਚ ਗਿਆ ਹੈ। ਉਹ ਫਿਰ ਵਾਪਸ ਆਏ। ਉਹਨਾਂ ਨੇ ਰੱਸੀਆਂ ਨਾਲ ਪਾਪਾ ਨੂੰ ਬੰਨਿਆ ਅਤੇ ਫਿਰ ਅੱਗ ਲਗਾ ਦਿੱਤੀ, ਜੋ ਕਿ ਉਸ ਨੇ ਫਿਰ ਬੁਝਾ ਦਿੱਤੀ। ਉਸ ਦੇ ਬਾਅਦ ਉਹਨਾਂ ਵੱਲੋਂ ਲੋਹੇ ਦੀਆਂ ਰਾਡਾਂ ਮਾਰ ਮਾਰ ਕੇ ਉਸਦੇ ਪਾਪਾ ਨੂੰ ਮਾਰ ਦਿੱਤਾ ਗਿਆ। ਇਸ ਤਰ੍ਹਾਂ ਸੈਂਕੜੇ ਪਰਿਵਾਰ ਦੇ ਆਦਮੀਆਂ ਨੂੰ ਮਾਰਿਆ ਗਿਆ। ਉਸਨੇ ਦੱਸਿਆ ਕਿ ਅੱਜ ਕੱਲ੍ਹ ਉਹ 84 ਦੇ ਦੰਗਿਆਂ ਵਿੱਚ ਜੋ ਔਰਤਾਂ ਬੇਸਹਾਰਾ ਅਤੇ ਵਿਧਵਾ ਹੋ ਗਈਆਂ, ਉਹਨਾਂ ਨੂੰ ਸਿਲਾਈ ਸਿਖਾ ਕੇ ਆਤਮ ਨਿਰਭਰ ਬਣਾ ਰਹੀ ਹੈ ਤਾਂ ਜੋ ਉਹਨਾਂ ਨੂੰ ਲੋਕਾਂ ਦੇ ਘਰਾਂ ਵਿੱਚ ਜੂਠੇ ਭਾਂਡੇ ਨਾ ਮਾਂਜਣੇ ਪੈਣ। ਮੈਂ ਸਾਰਾ ਦਿਨ ਇਹ ਸੋਚਦਾ ਰਿਹਾ ਕਿ ਕਿੰਨਾ ਕੁਝ ਦੁਨੀਆਂ ਵਿੱਚ ਅਜਿਹਾ ਹੁੰਦਾ ਹੈ ਜੋ ਅਣਮਨੁੱਖੀ ਹੈ। ਸਦੀਆਂ ਤੱਕ ਲੋਕ ਅਜਿਹੀਆਂ ਦੁਰਘਟਨਾਵਾਂ ਦਾ ਸੰਤਾਪ ਭੋਗਦੇ ਹਨ, ਪਰ ਫਿਰ ਵੀ ਮਨੁੱਖ ਸੁਧਰਦਾ ਨਹੀਂ, ਸਭ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਇਹ ਸੁਭਾਵਕ ਸੀ ਕਿ ਮੈਂ ਆਪਣੇ ਵੱਲੋਂ ਇਸ ਬਾਰੇ ਕੁਝ ਲਿਖਦਾ, ਅਤੇ ਮੈਨੂੰ ਇਸ ਗੱਲ ਦਾ ਪੂਰੇ ਯਕੀਨ ਨਾਲ ਪਤਾ ਸੀ ਕਿ ਮਾਇਰਾ ਇਸ ਬਾਰੇ ਕੁਝ ਨਾ ਕੁਝ ਜ਼ਰੂਰ ਲਿਖੇਗੀ। ਇਸ ਤੋਂ ਇੱਕ ਦਿਨ ਬਾਅਦ ਮੈਂ ਮਾਇਰਾ ਦਾ ਸਟੇਟਸ ਪੜ੍ਹ ਰਿਹਾ ਸੀ। ਉਸਨੇ ਲਿਖਿਆ, ਕਹਾਣੀਆਂ ਕਵਿਤਾਵਾਂ ਜ਼ਿੰਦਗੀ ਬਾਰੇ ਲਿਖੀਆਂ ਜਾਂਦੀਆਂ ਹਨ, ਪਰ ਜ਼ਿੰਦਗੀ ਕਹਾਣੀ ਨਹੀਂ ਹੁੰਦੀ। ਜਾਂ ਤਾਂ ਸਜ਼ਾ ਹੁੰਦੀ ਹੈ ਜਾਂ ਸਵਰਗ ਹੁੰਦੀ ਹੈ, ਜਾਂ ਵਿਚਾਲੇ ਲਟਕ ਜਾਂਦੀ ਹੈ। ਸਜ਼ਾ ਉਦੋਂ ਹੁੰਦੀ ਹੈ ਜਦੋਂ ਮਨੁੱਖ ਮਨੁੱਖ ਦੀ ਨਫ਼ਰਤ ਦਾ ਸ਼ਿਕਾਰ ਹੁੰਦਾ ਹੈ, ਅਤੇ ਸਵਰਗ
ਉਦੋਂ ਹੁੰਦੀ ਹੈ ਜਦੋਂ ਮਨੁੱਖ ਮਨੁੱਖ ਦੀ ਮੁਹੱਬਤ ਵਿੱਚ ਜਿਉਂਦਾ ਹੈ। ਪਰ ਬਹੁਤੇ ਵਾਰ ਤੁਹਾਡੇ ਹਿੱਸੇ ਆਉਣ ਵਾਲਾ ਸਾਰਾ ਦੁੱਖ ਲੋਕਾਂ ਲਈ, ਸਰਕਾਰਾਂ ਲਈ, ਸਿਆਸਤ ਲਈ ਸਿਰਫ ਨਾਟਕ ਹੁੰਦਾ ਹੈ। ਅਤੇ ਇਹ ਸ਼ਬਦ ਉਹਨਾਂ ਅਣਮਨੁੱਖੀ ਲੋਕਾਂ ਦੇ ਨਾਮ ਜਿਨ੍ਹਾਂ ਲਈ ਕਿਸੇ ਦਾ ਮਰਨਾ ਸਿਰਫ ਨਾਟਕ ਹੁੰਦਾ ਹੈ, ਜਿਨ੍ਹਾਂ ਲਈ ਖੂਨ ਦਾ ਵਗਣਾ ਸਿਰਫ ਸ਼ੁਗਲ ਹੁੰਦਾ ਹੈ, ਜਿਨ੍ਹਾਂ ਲਈ ਬੱਚਿਆਂ ਦਾ ਵਿਲਕਣਾ ਸਿਰਫ ਕੁਝ ਕੁ ਪਲ ਦੀ ਡਿਸਟਰਬੈਂਸ ਹੁੰਦੀ ਹੈ। ਬਸ ਤੁਸੀਂ ਤਿਆਰ ਹੋ ਜਾਵੋ ਨਾਟਕ ਵੇਖਣ ਲਈ। ਮੌਤ ਦਾ ਨੰਗਾ ਨਾਚ। ਸਟੇਜ ਤਿਆਰ ਹੋ ਚੁੱਕਿਆ ਹੈ, ਇੱਥੇ ਇੱਕ ਨਾਟਕ ਖੇਡਿਆ ਜਾਣਾ ਹੈ ਲਾਈਵ। ਲਾਈਟਸ ਦੀ ਜ਼ਰੂਰਤ ਨਹੀਂ ਹੈ, ਇਹ ਸਭ ਦਿਨ ਦੇ ਚਾਨਣ ਵਿੱਚ ਹੋਣ ਵਾਲਾ ਹੈ। ਅਜਿਹੇ ਨਾਟਕਾਂ ਲਈ ਸਟੇਜ ਛੋਟੇ ਪੈ ਜਾਂਦੇ ਨੇ, ਇਸ ਲਈ ਜ਼ਮੀਨ ਦੇ ਇੱਕ ਟੁਕੜੇ ਨੂੰ ਹੀ ਸਟੇਜ ਬਣਾ ਲਿਆ ਗਿਆ ਹੈ। ਸਾਊਂਡ ਦੀ ਜ਼ਰੂਰਤ ਨਹੀਂ ਪਵੇਗੀ, ਬੱਚਿਆਂ ਅਤੇ ਔਰਤਾਂ ਦੀਆਂ ਚੀਕਾਂ ਕੁਦਰਤੀ ਸਾਊਂਡ ਦਾ ਕੰਮ ਕਰਨਗੀਆਂ। ਉਹ ਪਾਤਰ ਚੁਣ ਲਏ ਗਏ ਹਨ ਜਿਨ੍ਹਾਂ ਦੇ ਹੱਥ ਤਲਵਾਰਾਂ ਹੋਣਗੀਆਂ, ਅੱਗ ਹੋਵੇਗੀ, ਲੋਹੇ ਦੀਆਂ ਰੌੜਾਂ ਹੋਣਗੀਆਂ। ਜਿਨ੍ਹਾਂ ਨੇ ਕਤਲ ਹੋਣਾ ਹੈ ਉਹ ਵੀ ਚੁਣ ਲਏ ਗਏ ਹਨ। ਨਾਟਕ ਦਾ ਸਮਾਂ ਮਿਥਿਆ ਗਿਆ ਹੈ 72 ਘੰਟੇ। ਇਸ ਨਾਟਕ ਵਿੱਚ ਪਰਦਾ ਨਹੀਂ ਡਿੱਗੇਗਾ, ਕਿਉਂਕਿ ਪਹਿਲਾਂ ਹੀ ਲੋਕਾਂ ਦੀ ਅਕਲ 'ਤੇ ਪਰਦਾ ਪੈ ਚੁੱਕਿਆ ਹੈ। ਬਸ ਪਰਦਾ ਚੁੱਕਿਆ ਜਾਵੇਗਾ ਅਤੇ ਇਨਸਾਨੀਅਤ ਇੱਕ ਵਾਰ ਫਿਰ ਨੰਗੀ ਹੋ ਜਾਵੇਗੀ। ਮੌਤ ਨੰਗੀ ਹੋ ਕੇ ਨੱਚੇਗੀ। ਐਵਰੀਥਿੰਗ ਇਜ਼ ਨੇਕਡ। ਰਿਸ਼ਤੇ ਆਪਣੇ ਹਿੱਸੇ ਦਾ ਦਰਦ ਭੋਗਣਗੇ, ਲਹੂ ਆਪਣਾ ਕੰਮ ਕਰੇਗਾ, ਪਰ ਤੁਸੀਂ ਕੁਝ ਨਾ ਕਰਨਾ, ਕਿਉਂਕਿ ਕਾਨੂੰਨ ਆਪਣਾ ਕੰਮ ਜਾਣਦਾ ਹੈ। ਅਦਾਲਤਾਂ ਆਪਣਾ ਕੰਮ ਕਰਦੀਆਂ ਹਨ। ਪ੍ਰਸ਼ਾਸਨ ਆਪਣੇ ਆਪ ਵਿੱਚ ਦਬਾ ਲਵੇਗਾ ਲੋਕਾਂ ਦੀ ਆਵਾਜ਼। ਸੰਵਿਧਾਨ ਸਿਰਫ ਬੱਚਿਆਂ ਦੀ ਨੌਲੇਜ ਲਈ ਹੈ, ਤਾਂ ਕਿ ਉਹ ਇਸ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਇਮਤਿਹਾਨ ਵਿੱਚ ਨੰਬਰ ਲੈ ਕੇ ਪਾਸ ਹੋਣ। ਕਾਨੂੰਨ ਸਿਰਫ ਉਹ ਮਰਜ਼ੀ ਹੁੰਦਾ ਹੈ ਜੋ ਸਰਕਾਰਾਂ ਚਾਹੁੰਦੀਆਂ ਹਨ। ਤੁਹਾਡੇ ਲਈ ਕੁਰਸੀਆਂ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਨਾਟਕ ਜ਼ਮੀਨ 'ਤੇ ਖੇਡਿਆ ਜਾਣਾ ਹੈ, ਤੁਸੀਂ ਜ਼ਮੀਨ 'ਤੇ ਹੀ ਬਹਿ ਕੇ ਵੇਖਣਾ ਹੈ। ਕੁਰਸੀਆਂ ਹੁਕਮਰਾਨ ਲੈ ਗਏ ਹਨ, ਕਿਉਂਕਿ ਉਹਨਾਂ ਲਈ ਇਹ ਸਿਰਫ ਨਾਟਕ ਹੈ ਜੋ ਤੁਹਾਡੇ ਲਈ ਜ਼ਿੰਦਗੀ ਹੈ, ਨਾਟਕ ਨਹੀਂ। ਬਸ ਸਭ ਕੁਝ ਵੇਖਣ ਬਾਅਦ ਤੁਸੀਂ ਉੱਠ ਖੜ੍ਹੇ ਹੋਣਾ। ਡਸਟ ਯੋਰ ਬਟਕਸ, ਆਪਣਾ ਪਿੱਛਾ ਝਾੜ ਲੈਣਾ ਅਤੇ ਬਸ ਘਰਾਂ ਨੂੰ ਚਲੇ ਜਾਣਾ। ਫਿਰ ਸਭ ਭੁੱਲ ਜਾਣਾ, ਕਿਉਂਕਿ ਤੁਹਾਡੇ ਲਈ ਇਹ ਸਿਰਫ ਇਸੇ ਤਰ੍ਹਾਂ ਹੈ ਜਿਵੇਂ ਨਾਟਕ ਹੋਵੇ ਅਨਾਥ ਵਿਲਕਦੇ ਬੱਚੇ, ਬੇਸਹਾਰਾ ਰੋਂਦੀਆਂ ਵਿਧਵਾਵਾਂ। ਅਖਬਾਰ ਪੜ੍ਹਨਾ, ਟੀਵੀ ਵੇਖਣਾ, ਡੁੱਬ ਜਾਣਾ ਘਰਾਂ ਦੀਆਂ ਜ਼ਿੰਮੇਵਾਰੀਆਂ ਅੰਦਰ। ਪਰ ਮਾਇਰਾ ਤੁਹਾਨੂੰ ਦੱਸਣਾ ਚਾਹੁੰਦੀ ਹੈ, ਇਹ ਜ਼ਿੰਦਗੀ ਹੈ, ਨਾਟਕ ਨਹੀਂ। ਡੋਂਟ ਡਸਟ ਯੋਰ ਬਟਸ, ਆਪਣਾ ਪਿੱਛਾ ਹੀ ਨਾ ਝਾੜੋ। ਡਸਟ ਯੋਰ ਸੋਲ, ਆਪਣੀ ਆਤਮਾ ਝਾੜੋ। ਡਸਟ ਯੋਰ ਮਾਇੰਡ, ਡਸਟ ਯੋਰ ਕਰੈਕਟਰ। ਤੁਸੀਂ ਤਾਂ ਐਵੇਂ ਖੁਸ਼ ਹੁੰਦੇ ਹੋ ਇਹ ਗੱਲਾਂ ਬਾਤਾਂ ਕਰਦੇ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਪਰ ਉਹ ਸੱਚ ਕਿੱਡਾ ਵੱਡਾ ਝੂਠ ਸੀ ਜੋ ਸਕੂਲ ਦੀਆਂ ਕੰਧਾਂ 'ਤੇ ਲਿਖਿਆ ਪੜ੍ਹਿਆ ਸੀ ਕਿ ਸਦਾ ਸੱਚ ਬੋਲੋ। ਸੱਚ ਕੁਝ ਵੀ ਨਹੀਂ ਹੁੰਦਾ, ਸੱਚ ਵਗਦਾ ਲਹੂ ਹੁੰਦਾ ਹੈ। ਸੱਚ ਸੰਤਾਪ ਭੋਗਦੀਆਂ ਮਨੁੱਖੀ ਨਸਲਾਂ ਹਨ। ਸੱਚ ਇਹ ਹੈ ਕਿ ਮਨੁੱਖ ਮਨੁੱਖ ਦਾ ਵੈਰੀ ਹੈ। ਸੱਚ ਇਹ ਹੈ ਕਿ ਸੱਚ ਬਾਰੇ ਜੋ ਕਿਹਾ ਜਾਂਦਾ ਹੈ ਉਹ ਸਭ ਤੋਂ ਵੱਡਾ ਝੂਠ ਹੈ। ਸੱਚ ਚੁਰਾਹੇ 'ਤੇ ਕੱਟ ਦਿੱਤਾ ਜਾਂਦਾ ਹੈ, ਸੱਚ ਦੇ ਗਲੇ ਵਿੱਚ ਜ਼ਹਿਰ ਉਤਾਰਿਆ ਜਾਂਦਾ ਹੈ। ਸੱਚ ਉਹ ਨਹੀਂ ਜੋ ਸਾਡੇ ਸਾਹਮਣੇ ਵਾਪਰਦਾ ਹੈ, ਸੱਚ ਉਹ ਵੀ ਹੁੰਦਾ ਹੈ ਜੋ ਸਾਡੇ ਜ਼ਿਹਨ ਵਿੱਚ ਤੜਪਦਾ ਹੈ, ਦਿਲ ਦੇ ਧਰਾਤਲ 'ਤੇ ਉਗਾਉਂਦਾ ਹੈ, ਸਾਡੀਆਂ ਆਂਦਰਾਂ ਵਿੱਚ ਖੁੱਭ ਜਾਂਦਾ ਹੈ, ਜੋ ਸੀਤ ਬਣ ਕੇ ਪਿੰਡੇ ਦੇ ਲੂਹ ਲੂਹ ਵਿੱਚ ਫਿਰ ਜਾਂਦਾ ਹੈ, ਜੋ ਸਿਰਫ ਤੇ ਸਿਰਫ ਸਾਡੇ ਹੀ ਅੰਦਰ ਮਰ ਜਾਂਦਾ ਹੈ। ਸੱਚ ਉਹ ਵੀ ਹੁੰਦਾ ਹੈ ਜਿਸ ਨੂੰ ਸੱਚ ਹੁੰਦੇ ਵੀ ਅਸੀਂ ਬੋਲ ਨਹੀਂ ਸਕਦੇ, ਜਿਸ ਨੂੰ ਲੋਕ ਕਬੂਲ ਨਹੀਂ ਸਕਦੇ, ਜੋ ਅਸੀਂ ਪੜ੍ਹ ਨਹੀਂ ਸਕਦੇ ਹਰ ਕਿਸੇ ਦੇ ਚਿਹਰੇ ਤੋਂ, ਅਤੇ ਜੋ ਬਸ ਸਿਰਫ ਹੰਝੂ ਬਣ ਕੇ ਅੱਖਾਂ ਦੇ ਕੋਇਆਂ 'ਚੋਂ ਸਿੰਮ ਜਾਂਦਾ ਹੈ, ਅੱਖਾਂ ਦੇ ਕੋਇਆਂ 'ਚੋਂ ਸਿੰਮ ਜਾਂਦਾ ਹੈ। ਮਾਇਰਾ। ਬਾਕੀ ਅਗਲੇ ਭਾਗ ਵਿੱਚ।